ਬੱਸਾਂ ਨਾ ਮਿਲਣ ਤੇ ਲੋਕਾਂ ਨੂੰ ਹੋਈਆਂ ਪਰੇਸ਼ਾਨੀਆਂ। ਪੰਜਾਬ ਸਰਕਾਰ ਵੱਲੋਂ ਬੱਸਾਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ, ਪਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪੰਜਾਬ ਦਾ ਲਾਸਟ ਸਟੇਸ਼ਨ ਇੱਕ ਐਸਾ ਵੀ ਹੈ ਜੋ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਦਾ ਹੈ, ਜਿੱਥੇ ਲੋਕਾਂ ਨੂੰ ਬੱਸ ਸਰਵਿਸ ਦੀਆਂ ਕਾਫੀ ਪਰੇਸ਼ਾਨੀਆਂ ਆ ਰਹੀਆਂ ਹਨ। ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਸੀ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵਿਜੇ ਕੁਮਾਰ ਹੈ ਜੀ। ਅੱਛਾ ਜੀ। ਮੈਂ ਬੱਸ ਸਟੈਂਡ ਪੰਚਾਇਤ ਸੰਸਥੀ ਤਲਵਾੜਾ ਸਾਡਾ ਇੰਚਾਰਜ ਬੋਲਦਾ ਜੀ। ਤੇ ਇੱਕੋ ਗੱਡੀ ਜਾਂਦੀ ਹੈ ਤਲਵਾੜੇ ਦੇ ਜਲੰਧਰ ਨੂੰ। ਅੱਛਾ ਜੀ। ਟਾਈਮਿੰਗ ਕਿੰਨੇ ਵਜੇ ਤੋਂ ਕਿੰਨੇ ਤੱਕ? ਸਵੇਰੇ 7 ਵਜੇ ਜਾਂਦੀ ਹੈ, ਸ਼ਾਮ ਨੂੰ 5:30 ਵਾਪਸ ਆਉਂਦੀ ਹੈ। ਡੇਲੀ ਜਾਂ ਸ਼ਨੀ ਐਤਵਾਰ ਨੂੰ ਨਹੀਂ ਜਾਂਦੀ? ਇੱਕ ਦਿਨ ਜਾਂਦੀ, ਇੱਕ ਦਿਨ ਬੰਦ ਰਹਿੰਦੀ, ਇੱਕ ਦਿਨ ਜਾਂਦੀ, ਇੱਦਾਂ ਜਾਂਦੀ। ਅੱਛਾ ਜੀ। ਸੋਮਵਾਰ ਤੇ ਸ਼ੁੱਕਰਵਾਰ ਤੱਕ 5 ਦਿਨ ਚੱਲਦੀ ਹੈ। ਅੱਛਾ ਜੀ। ਠੀਕ ਹੈ ਜੀ। ਠੀਕ ਹੈ। ਕਿਹੜੀ ਬੱਸ ਆ ਸਰ? ਸਤਲੁਜ ਹੈ। ਸਤਲੁਜ ਬੱਸ ਆ। ਇੱਕ ਰੋਹਤਕ ਜਾਂਦੇ ਸੀ, ਉਹ ਬੰਦ ਹੋ ਗਈ ਹੈ। ਮੁਕੇਰੀਆਂ ਜਾਣਾ, ਦਸੂਹੇ ਜਾਣਾ, ਕੋਈ ਮਿੰਨੀ ਬੱਸ ਕੋਈ ਗੱਡੀ ਨਹੀਂ ਆਉਂਦੀ? ਅੱਛਾ ਜੀ। ਸਾਰੀਆਂ ਬੰਦ ਆ? ਠੀਕ ਹੈ। ਤੇ ਜਿਹੜੀ ਗੱਡੀਆਂ ਆਉਂਦੀਆਂ ਵੀ ਉਹ ਬਾਹਰ ਬਾਹਰ ਚੱਲ ਜਾਂਦੀਆਂ, ਗੱਡੀ ਜੀ ਨਹੀਂ ਆਉਂਦੀ। ਅੱਛਾ ਜੀ। ਤੇ ਜਿਹੜੀ ਸਤਲੁਜ ਚ ਬੱਸ ਚ ਸਵਾਰੀ ਕਿੱਦਾਂ, ਠੀਕ ਠਾਕ ਆ ਜਾਂ ਉਹ ਵੀ ਖਾਲਿਮ ਖਾਲਿਮ ਸਵਾਰੀ ਹੁੰਦੀ ਹੈ ਇੱਥੋਂ? ਅੱਛਾ ਜੀ। ਅੱਡੇ ਤੋਂ? ਅੱਛਾ ਜੀ। ਤੇ ਗਾਂ ਦਾ ਮੈਨੂੰ ਪਤਾ ਨਹੀਂ। ਅੱਛਾ ਅੱਛਾ ਜੀ। ਤੇ ਜਾਨੀ ਕਿ ਹਲੇ ਬੱਸ ਖੁੱਲ ਕੇ ਚੱਲੀਆਂ ਨਹੀਂ ਬੱਸਾਂ? ਅੱਛਾ। ਕਦੋਂ ਤੱਕ ਉਮੀਦ ਆ ਜੀ? ਉਮੀਦ ਪਤਾ ਨਹੀਂ ਹੈ ਕਦੋਂ ਚੱਲਦੀਆਂ। ਅੱਛਾ ਜੀ। ਹਲੇ ਸਰਕਾਰ ਵੱਲੋਂ ਕੋਈ ਹੁਕਮ ਨਹੀਂ? ਠੀਕ। ਸਰਕਾਰ ਵੱਲੋਂ ਤਾਂ ਹੁਕਮ ਹੈ, ਪਰ ਗਾਂ ਨੇ ਪ੍ਰਾਈਵੇਟ ਆਪਰੇਟਰ ਨਹੀਂ ਚਲਾ ਰਿਹਾ। ਅੱਛਾ ਜੀ। ਸਵਾਰੀ ਕਰਕੇ? ਹਾਂ, ਸਵਾਰੀ ਹੈ ਹੀ ਨਹੀਂ ਹੈ ਜੀ। ਅੱਛਾ। ਲੋਕੀ ਘਰਾਂ ਦੇ ਨਹੀਂ ਆਉਂਦੇ। ਅੱਛਾ ਅੱਛਾ ਜੀ। ਠੀਕ ਹੈ। ਤੇ ਬਾਕੀ ਹਲੇ ਸਿਰਫ ਇੱਕੋ ਹੀ ਬੱਸ ਸਰਵਿਸ? ਘਰੋਂ ਤੱਕ ਜਾਂਦੇ ਜੀ, ਉਹ ਵੀ ਅੱਜ ਕੱਲ੍ਹ ਮਗੇਰੀਆਂ ਤੇ ਵਾਪਸ ਹੋ ਜਾਂਦੀ। ਸਰ ਮੈਂ ਆ ਕੇ ਇੱਥੇ ਦੇਖਿਆ ਆ ਤੇ ਇੱਕ ਬੰਦਾ ਚੰਡੀਗੜ੍ਹ ਨੂੰ ਬੈਠਾ ਪਿਆ ਸੀਗਾ ਤੇ ਕੋਈ ਬੰਦੇ ਕਿਤੇ ਜਾਣ ਨੂੰ ਬੈਠੇ ਤੇ ਉਹ ਚੰਡੀਗੜ੍ਹ ਨੂੰ ਵੀ ਬੱਸ ਕੋਈ ਨਹੀਂ ਹਲੇ? ਇੱਧਰ ਨੂੰ ਤਾਂ ਬੰਦ ਹੀ ਆ ਨਾ ਜੀ, ਆ ਸਾਰਾ ਹੀ ਹਿਮਾਚਲ ਹੀ ਪੈਂਦਾ। ਜੇ ਬਾਇਆ ਪੰਜਾਬ ਵੀ ਜਾਣਾ ਚੰਡੀਗੜ੍ਹ ਨੂੰ ਨਹੀਂ ਕੋਈ? ਪਹਿਲਾਂ ਹੁਸ਼ਿਆਰਪੁਰ ਜਾਣਾ ਪਊਗਾ। ਅੱਛਾ ਜੀ। ਹੁਸ਼ਿਆਰਪੁਰ ਤੇ ਚੱਲੀ? ਹੁਸ਼ਿਆਰਪੁਰ ਨੂੰ ਤਾਂ ਬੱਸ ਹੀ ਨਹੀਂ ਹਲੇ, ਰਾਜਧਾਨੀ ਕੋਈ ਚੱਲੀ ਨਹੀਂ ਹੈ? ਨਹੀਂ ਜੀ। ਠੀਕ ਹੈ। ਇਹ ਮਕੇਰੀਆਂ ਤੱਕ ਜਾਂਦੀ ਹੈ, ਮਕੇਰੀਆਂ ਲੈ ਲਓ, ਮਕੇਰੀਆਂ ਦੇ ਹੁਸ਼ਿਆਰਪੁਰ, ਹੁਸ਼ਿਆਰਪੁਰ ਤੇ ਚੰਡੀਗੜ੍ਹ। ਤੁਹਾਡੇ ਕੋਈ ਜਹਿਨ ਚ? ਸਾਡੇ ਇੱਥੇ ਬੱਸ ਇੱਕ ਦੋ ਬੱਸਾਂ ਆਈਆਂ ਵਿੱਚ ਮਕੇਰੀਆਂ ਤੋਂ। ਅੱਛਾ ਜੀ। ਬਾਅਦ ਚ ਮੁੜ ਕੇ ਇੱਕ ਦਿਨ ਚਲਾ ਗਈਆਂ, ਬਾਅਦ ਚ ਕੋਈ ਬੱਸ ਨਹੀਂ ਆਈ। ਕੀ ਕਾਰਨ ਰਿਹਾ ਜਿਹੜੀਆਂ ਬੱਸਾਂ ਨਹੀਂ ਚੱਲੀਆਂ? ਸੋਈ ਸਵਾਰੀ ਘੱਟ ਨਿਕਲਦੀ ਪਈ ਹੈ, ਲੋਕਾਂ ਨੂੰ ਪਤਾ ਹੀ ਨਹੀਂ ਹੈ ਬੱਸ ਚੱਲਦੀਆਂ। ਅੱਛਾ। ਕਿਰਾਇਆ ਦਾ ਵਧਣਾ ਨਹੀਂ, ਚਲੋ ਤੇਲ ਦਾ ਰੇਟ ਜ਼ਿਆਦਾ ਹੋਇਆ। ਅੱਛਾ ਜੀ। ਰੈਗੂਲਰ ਬੱਸਾਂ ਚੱਲਣਗੇ ਤਾਂ ਹੀ ਸਵਾਰੀ ਬਣੂਗੀ ਜੀ। ਅੱਛਾ। ਲੋਕਾਂ ਨੂੰ ਪਤਾ ਹੋਏਗਾ, ਲੋਕੀ ਖੱਜੇ ਖਰਾਬ ਹੋ ਕੇ ਪੁੱਛਦੇ ਸਾਡੇ ਕੋਲ ਆ ਕੇ। ਅੱਛਾ। ਸਵਾਰੀ ਬੱਸਾਂ ਨਹੀਂ ਮਿਲਣੀਆਂ, ਵਿਚਾਰੇ ਖੱਜੇ ਖਰਾਬ ਹੀ ਹੋਣਾ ਲੋਕਾਂ ਨੇ। ਠੀਕ ਹੈ। ਬੱਸ ਹਲੇ ਕੋਈ ਨਹੀਂ ਜਾ ਰਹੀ? ਤਲਵਾੜੇ ਤੋਂ ਜਲੰਧਰ ਨੂੰ ਜਾਂ ਮਕੇਰੀਆਂ ਨੂੰ ਜਾਂ ਦੱਸੋ। ਅੱਛਾ। ਜਿਹੜਾ ਬੰਦਾ ਇੱਥੇ ਆ ਕੇ ਫਸ ਗਿਆ ਤਾਂ ਫਸ ਗਿਆ। ਬੜੀ ਮੁਸ਼ਕਲ ਹੈ ਸਾਨੂੰ, ਆਪ ਦੁਕਾਨਦਾਰ ਬੜਾ ਮੁਸ਼ਕਲ ਹੈ ਜੀ, ਅਸੀਂ ਰੈਂਟ ਵਗੈਰਾ ਕਿੱਦਾਂ ਕਰਨਾ, ਸਾਡੇ ਸਮਾਨ ਵੀ ਐਕਸਪਾਇਰ ਹੋਏ ਨੇ। ਅੱਛਾ ਜੀ। ਤੇ ਤੁਸੀਂ ਇਹ ਸ਼ੋਪ ਦਾ ਕਿਰਾਇਆ ਵੀ ਦੇ ਰਹੇ ਹੋ? ਹਾਂਜੀ, ਕਿਰਾਇਆ। ਕਿੰਨਾ ਕਿਰਾਇਆ ਦੇ ਰਹੇ? ਗਵਰਨਮੈਂਟ ਦਾ ਕਿਰਾਇਆ ਹੈਗਾ ਨਾ ਜਿੰਨਾ ਜੀ ਬਤਾਓ ਅੱਡਿਆਂ ਦਾ। ਅੱਛਾ ਜੀ। ਕਿੰਨਾ ਵਾਲਾ ਤੁਹਾਡਾ? ਸਰ ਬੱਚੀ। ਅੱਛਾ ਜੀ। ਕਿੱਥੋਂ ਆਏ ਤੁਸੀਂ? ਸਰ ਇੱਥੇ ਟੈਸਟ ਤੋਂ। ਅੱਛਾ ਜੀ। ਜਾਣਾ ਕਿੱਥੇ ਸੀ? ਮਕੇਰੀਆਂ। ਕਿੰਨੀ ਕੁ ਦੇਰ ਦੇ ਬੈਠੇ ਪਏ ਸੀ? ਮੈਂ ਸਰ ਸਵੇਰੇ 9:30-8 ਵਜੇ ਦਾ। ਸਵੇਰੇ 8:30 ਵਜੇ ਦੇ ਬੈਠੇ? ਹਾਂਜੀ। ਤੇ ਕੋਈ ਬੱਸ ਨਹੀਂ ਆਈ ਉਦੋਂ? ਕੋਈ ਨਹੀਂ। ਮਕੇਰੀਆਂ ਜਾਣ? ਕੋਈ ਨਹੀਂ। ਅੱਛਾ ਜੀ। ਤੇ ਜੇ ਬੱਸ ਨਾ ਆਈ ਤਾਂ ਫੇਰ ਤੁਸੀਂ ਕੀ ਕਰੋਗੇ? ਨਾ ਆਏ ਤਾਂ ਫੇਰ ਬੱਸ ਘਰ ਵਾਪਸ ਹੀ ਆਉਂਗੇ। ਮਕੇਰੀਆਂ ਤੁਸੀਂ ਕਿਹੜੇ ਕੰਮ ਨੂੰ ਚੱਲੇ ਸੀਗੇ? ਬਸ ਜਾਣਾ ਸੀ ਫੇਰ ਸ਼ੋਪ ਤੇ ਜਾਣਾ ਸੀ। ਅੱਛਾ, ਸ਼ੋਪ 'ਚ ਜਾਣਾ ਸੀ। ਤੇ ਜੌਬ ਕਿੱਥੇ ਕਰਦੇ ਸੀ? ਜੌਬ ਤੋਂ ਪਹਿਲੇ ਟੈਸਟ ਕਰਦੇ ਸੀ, ਮਕੇਰੀਆਂ ਜਾਣਾ। ਅੱਛਾ, ਜ਼ਰੂਰੀ ਕੰਮ ਸੀਗਾ। ਹਾਂਜੀ। ਠੀਕ। ਸਵੇਰੇ 9 ਵਜੇ ਦੇ ਬੈਠੇ ਪਏ? ਹਾਂ। ਠੀਕ ਹੈ। ਤੇ ਬੱਸ ਕੋਈ ਨਹੀਂ ਮਿਲੀ? ਕੋਈ ਨਹੀਂ। ਠੀਕ। ਤੇ ਜੇ ਬੱਸ ਨਾ ਆਈ ਤਾਂ ਫੇਰ ਤੁਸੀਂ ਉਹ ਤੋਂ ਬਾਅਦ ਕੀ ਘਰ ਵਾਪਸੀ ਕਰੋਗੇ ਜਾਂ ਇੱਥੇ ਵੇਟ ਕਰੋਗੇ ਬੱਸ ਦੀ? ਅੱਛਾ ਜੀ। ਸਵੇਰੇ ਫੇਰ ਟਰਾਈ ਕਰੋਗੇ? ਠੀਕ ਹੈ। ਹਲੇ ਕਨਫਰਮ ਨਹੀਂ ਹੋਇਆ ਬੱਸਾਂ ਦਾ? ਪਰ ਜ਼ਮੀਨੀ ਹਕੀਕਤ ਇਹ ਆ ਵੀ ਬੱਸਾਂ ਨਹੀਂ ਚੱਲ ਰਹੀਆਂ, ਤੇ ਸਿਰਫ ਇਹੀ ਆ ਵੀ ਸ਼ੋਅ ਕਰ ਰਿਹਾ ਵੀ ਬੱਸਾਂ ਚੱਲ ਰਹੀਆਂ, ਬੱਸਾਂ ਚੱਲ ਰਹੀਆਂ। ਹਨਾ, ਜੋ ਤੁਸੀਂ ਆ ਕੇ ਇੱਥੇ ਦੇਖਿਆ ਤਾਂ ਬੱਸ ਕੋਈ ਨਹੀਂ ਜਾ ਰਹੀ? ਅੱਛਾ ਜੀ। ਠੀਕ ਹੈ। ਤੁਹਾਡਾ ਫਿਰ ਨੁਕਸਾਨ ਹੋ ਰਿਹਾ ਹਨਾ ਕੰਮ ਦਾ? ਠੀਕ। ਯਾਨੀ ਕਿ ਹੁਣ ਤੁਸੀਂ ਘਰ ਵਾਪਸ ਜਾਣ ਦੀ ਤਿਆਰੀ, ਇੱਥੇ ਭੇੜੇ ਜਾਣ ਦੀ ਤਿਆਰੀ? ਦੌਰ ਤੋਂ ਆਏ ਸੀ ਕਿ ਭੇੜੇ ਤੋਂ?